11 ਅਕਤੂਬਰ ਨੂੰ ਵੋਟਾਂ ਵਾਲੇ ਦਿਨ ਅਕਾਲੀ ਵਰਕਰ ਤੇ ਕਾਂਗਰਸ ਨੇਤਾਵਾਂ ਵਿੱਚ ਪਿੰਡ ਪਾੜਾ ਵਿਖੇ ਹੋਈ ਖੂਨੀ ਝੜਪ 'ਚ ਬੀਤੀ ਦੇਰ ਰਾਤ ਤਿੱਬੜ ਪੁਲਿਸ ਨੇ ਬਲਾਕ ਸਮਿਤੀ ਦੇ ਚੇਅਰਮੈਨ ਹਰਵਿੰਦਰ ਸਿੰਘ ਉਰਫ ਹੈਪੀ ਪੁੱਤਰ ਬੂਆ ਸਿੰਘ ਨਿਵਾਸੀ ਪਾੜਾ ਦੀ ਸ਼ਿਕਾਇਤ ਤੇ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਦੇ ਪਿਤਾ ਗੁਰਮੀਤ ਸਿੰਘ ਪਾੜਾ ਤੇ ਵਿਧਾਇਕ ਦੇ ਭਰਾ ਬਲਜੀਤ ਸਿੰਘ ਪਾੜਾ ਸਮੇਤ ਕੁਝ ਹੋਰ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਤਿੱਬੜ ਪੁਲਿਸ ਸਟੇਸ਼ਨ ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਹੈ ਕਿ 11 ਅਕਤੂਬਰ ਨੂੰ ਬਲਾਕ ਸਮਿਤੀ ਚੇਅਰਮੈਨ ਹਰਵਿੰਦਰ ਸਿੰਘ ਉਰਫ ਹੈਪੀ ਜੋ ਕਿ ਅਕਾਲੀ ਭਾਜਪਾ ਉਮੀਦਵਾਰ ਪਾੜਾ ਦੇ 51 ਨੰਬਰ ਪੋਲਿੰਗ ਬੂਥ ਤੇ ਪੋਲਿੰਗ ਏਜੰਟ ਸੀ। ਉਹਨਾਂ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਤੜਕਸਾਰ ਉੱਥੇ ਪੋਲਿੰਗ ਏਜੰਟ ਸੰਬੰਧੀ ਫਾਰਮ ਭਰ ਰਿਹਾ ਸੀ ਤਾਂ ਉਸ ਸਮੇਂ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਦਾ ਪਿਤਾ ਗੁਰਮੀਤ ਸਿੰਘ ਪਾੜਾ, ਵਿਧਾਇਕ ਦਾ ਭਰਾ ਬਲਜੀਤ ਸਿੰਘ ਪਾੜਾ ਸਮੇਤ ਹੋਰ ਕਈ ਕਾਂਗਰਸੀ ਆਗੂ ਉੱਥੇ ਪਹੁੰਚੇ। ਇਹਨਾਂ ਆਉਂਦੇ ਹੀ ਪੋਲਿੰਗ ਏਜੰਟ ਹਰਵਿੰਦਰ ਸਿੰਘ ਹੈਪੀ ਨੂੰ ਕਿਹਾ ਕਿ ਇਸ ਪਿੰਡ ਵਿੱਚ ਕਿਸੇ ਵੀ ਹੋਰ ਦਲ ਦਾ ਪੋਲਿੰਗ ਬੂਥ 'ਤੇ ਏਜੰਟ ਨਹੀਂ ਬਣ ਦਿੱਤਾ ਜਾਵੇਗਾ। ਜਦ ਹੈਪੀ ਨੇ ਇਸ ਦਾ ਵਿਰੋਧ ਕੀਤਾ ਤਾਂ ਇਹਨਾਂ ਲੋਕਾਂ ਨੇ ਹੈਪੀ ਸਮੇਤ ਹੋਰ ਲੋਕਾਂ 'ਤੇ ਤੇਜ਼ ਧਾਰਾ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੁਲਿਸ ਨੇ ਹਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਲੈਕਸ਼ਨ ਵਾਲੇ ਦਿਨ ਜਿਹੜਾ ਝਗੜਾ ਹੋਇਆ ਸੀ ਉਹਦੇ ਵਿੱਚ ਮਤਾਈ ਹੈਗਾ ਹਰਵਿੰਦਰ ਸਿੰਘ ਇਸ ਹੈਪੀ ਉਹਦੇ ਸੱਟਾਂ ਲੱਗੀਆਂ ਅਤੇ ਉਹਦੇ ਬਿਆਨਾਂ 'ਤੇ ਪਰਚਾ ਦਰਜ ਕੀਤਾ ਗਿਆ ਜਿਸ 'ਤੇ ਧਾਰਾ 323 324 ਦੇ ਤਹਿਤ ਪਰਚਾ ਦਰਜ ਹੋਇਆ ਵਾ ਅਤੇ ਇਹਨਾਂ ਵਿੱਚ ਕੁੱਲ 8 ਮੁਲਜ਼ਮਾਂ 'ਤੇ ਪਰਚਾ ਦਰਜ ਕੀਤਾ ਗਿਆ ਵਾ। ਬਾਕੀ ਕੁਛ ਅਣਪਛਾਤੇ ਸੀਗੇ। ਇਹਨਾਂ ਵਿੱਚ ਕੋਈ ਮੇਨ ਨਾਂ ਹੈ ਉਹਨਾਂ ਦੇ ਹੈਗੇ ਨੇ ਗੁਰਮੀਤ ਸਿੰਘ ਅਤੇ ਬਲਜੀਤ ਸਿੰਘ, ਪਿੰਡ ਵਾਸੀ ਪਾੜਾ ਦੇ ਸਾਰੇ। ਅਤੇ ਇਸ ਤੋਂ ਬਾਅਦ ਜਿਹੜੀ ਆ ਇਹਨਾਂ ਦੀ ਕੁਛ ਤਸਦੀਕ ਵੀ ਕੀਤੀ ਜਾ ਰਹੀ ਹੈ ਕਿ ਕੁਛ ਬੰਦਿਆਂ ਨਾਂ ਮਦਈ ਨੇ ਗਲਤ ਲਿਖਾਏ ਆ, ਉਹਨਾਂ ਦੀ ਤਸਦੀਕ ਕਰਕੇ ਉਹ ਸਹੀ ਤੱਥ ਸਾਹਮਣੇ ਪੇਸ਼ ਕੀਤੇ ਜਾਣਗੇ। ਅਜੇ ਇਹਨਾਂ ਵਾਸਤੇ ਤਸਦੀਕ ਕੀਤੀ ਜਾ ਰਹੀ ਹੈ। ਚਲੋ ਵੀ ਕੋਈ ਕੁਛ ਨਾ ਉਹਨਾਂ ਨੇ ਮਦਈ ਨੇ ਹੋ ਸਕਦਾ ਗਲਤ ਲਿਖਾਏ ਹੋਣ, ਉਹ ਉੱਥੇ ਨਾ ਹੋਣ, ਤਸਦੀਕ ਕਰਨ ਤੋਂ ਬਾਅਦ ਜਿਹੜੇ ਦੋਸ਼ੀ ਪਾਏ ਜਾਣਗੇ। ਬਲਜੀਤ ਸਿੰਘ ਸਾਨੂੰ ਗੁਰਮੀਤ ਸਿੰਘ ਅਤੇ ਗੁਰਮੀਤ ਸਿੰਘ ਸਾਨੂੰ ਬਲੇਡ ਸਰਦਾਰ ਕਰਤਾਰ ਸਿੰਘ ਵਾਸੀ ਪਾੜਾ। ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।